नमस्ते मैं गौरव सिंह हां मैं इस इंजीनियरिंग ड्राइंग कोर्स ਲਈ ਇੱਕ ટીਚਿੰਗ ਅਸਿਸਟੈਂਟ ਹਾਂ ਮੈਂ ਪ੍ਰੋਫੈਸਰ ਰਾਜਾਰਾਮ ਲਕਰਾਜੂ ਦੇ ਅਧੀਨ ਕੰਮ ਕਰਦਾ ਹਾਂ ਮੈਂ ਇੱਥੇ ਇਸ ਕੋਰਸ ਨੂੰ ਦੁਬਾਰਾ ਸ਼ੁਰੂ ਕਰਦਾ ਹਾਂ ਮੈਂ ਪਾਰਟਸ ਦੀ ਅਸੈਂਬਲੀ ਤੋਂ ਸ਼ੁਰੂ ਕਰਾਂਗਾ ਜੋ ਅਸੀਂ ਸੌਫਟਵੇਅਰ ਸੋਲਿਡਵਰਕਸ ਵਿੱਚ ਡਿਜ਼ਾਈਨ ਕੀਤੇ ਹਨ ਜਿਵੇਂ ਅਸੀਂ ਇਸ ਨੂੰ ਪਹਿਲਾਂ ਹੀ ਦੇਖ ਚੁੱਕੇ ਹਾਂ ਹੋ ਸਕਦਾ ਹੈ ਕਿ ਤੁਸੀਂ ਹੁਣ ਤੱਕ ਪਾਰਟਸ ਨੂੰ ਡਿਜ਼ਾਈਨ ਕਰਨ ਦੇ ਬਾਰੇ ਸਿੱਖਿਆ ਹੋਵੇਗਾ ਹੁਣ ਇੰਜੀਨੀਅਰਿੰਗ ਵਿੱਚ ਇੱਕ ਵਿਸ਼ੇਸ਼ ਪੂਰਾ ਡਿਜ਼ਾਈਨ ਬਣਾਉਣ ਲਈ ਉਹਨਾਂ ਪਾਰਟਸ ਨੂੰ ਅਸੈਂਬਲ ਕਰਨਾ ਇੱਕ ਮਹੱਤਵਪੂਰਨ ਚੀਜ਼ ਹੈ ਤਾਂ ਜੋ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ ਅਜਿਹੀਆਂ ਸਾਧਾਰਨ ਘਰੇਲੂ ਵਸਤੂਆਂ ਵਿੱਚੋਂ ਇੱਕ ਹੈ ਕੈਂਚੀ ਜੋ ਅਸੀਂ ਸਕਰੀਨ ਤੇ ਦੇਖ ਸਕਦੇ ਹਾਂ ਅਸੀਂ ਇਸ ਕੈਂਚੀ ਨੂੰ ਬਲੇਡਸ ਇਸ ਦੇ ਹੈਂਡਲ ਪਿੰਨ ਪਾਈਟਵ ਜੋ ਪਛਾਨ ਸਕਦੇ ਹਾਂ ਅਤੇ ਇਸ ਲਈ ਇੱਕ ਖਾਸ ਤੌਰ ਤੇ ਉਹ ਪਾਰਟਸ ਹਨ ਜੋ ਅਸੀਂ ਇੱਥੇ ਦੇਖ ਸਕਦੇ ਹਾਂ ਜੋ ਇਸ ਵਿਸ਼ੇਸ਼ ਕੈਂਚੀ ਨੂੰ ਬਣਾਉਣ ਲਈ ਅਸੈਂਬਲ ਕੀਤੇ ਗਏ ਹਨ ਅਸੀਂ ਇਹਨਾਂ ਵਿਪਨ ਪਾਰਟਸ ਨੂੰ ਇੱਥੇ ਦੇਖ ਸਕਦੇ ਹਾਂ ਇਹਨਾਂ ਪਾਰਟਸ ਵਿੱਚੋਂ ਹਰੇਕ ਨੂੰ ਤੁਸੀਂ ਸੋਲਿਡਵਰਕਸ ਸੌਫਟਵੇਅਰ ਵਿੱਚ ਪੈਲੇਟਸ ਵਿੱਚ ਇਹਨਾਂ ਸਭ ਕਿਸਮਾਂ ਦੇ ਟੂਲਜ਼ ਦੀ ਵਰਤੋਂ ਕਰਕੇ ਸਾਡੇ ਪਿਛਲੇ ਕੋਰਸ ਵਿੱਚ ਡਿਜ਼ਾਈਨ ਕਰਨਾ ਸਿੱਖਿਆ ਹੈ ਇਹਨਾਂ ਖਾਸ ਪਾਰਟਸ ਦੀ ਵਰਤੋਂ ਕਰਕੇ ਅਸੀਂ ਇਹਨਾਂ ਨੂੰ ਅਸੈਂਬਲ ਕਰਕੇ ਕਿਸੇ ਵੀ ਇਲੈਕਟ੍ਰੋਨਿਕ ਕੰਪੋਨੈਂਟ ਨੂੰ ਇੱਕ ਮਸ਼ੀਨਰੀ ਬਣਾ ਸਕਦੇ ਹਾਂ ਇੱਕ ਕੈਂਚੀ ਜੋ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਇੱਕ ਹੋਰ ਸਰਲ ਡਿਜ਼ਾਈਨ ਹੈ ਜੋ ਅਸੀਂ ਦੇਖ ਸਕਦੇ ਹਾਂ ਕਿ ਇਹ ਇੱਕ ਵਿੰਡ ਟਰਬਾਈਨ ਹੈ ਇਹ ਰੀਨਿਊਏਬਲ એનર્ਜੀ ਦਾ ਇੱਕ ਬਹੁਤ ਮਸ਼ਹੂਰ ਸਰੋਤ ਹੈ ਇਸ ਯੰਤਰ ਵਿੱਚ ਬਲੇਡ ਟਰਬਾਈਨ ਮੋਟਰ ਇੰਜਨ ਇਹ ਪੈਡਿਸਟਲ ਸ਼ਾਮਲ ਹਨ ਅਸੀਂ ਦੇਖ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਿੰਡ ਟਰਬਾਈਨ ਇਹਨਾਂ ਬਲੇਡਸ ਦੀ ਬਣੀ ਹੋਈ ਹੈ ਅਸੀਂ ਇਸ ਦੇ ਵੱਖ-ਵੱਖ ਕੰਪੋਨੈਂਟਾਂ ਨੂੰ ਦੇਖ ਸਕਦੇ ਹਾਂ ਜੋ ਇਸ ਸੌਫਟਵੇਅਰ ਤੇ ਹੀ ਡਿਜ਼ਾਈਨ ਕੀਤੇ ਗਏ ਹਨ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਪਾਰਟਸ ਦੀ ਅਸੈਂਬਲੀ ਕਰ ਕੇ wind turbine ਬਣਾਈ ਜਾਂਦੀ ਹੈ ਇਸ ਸੌਫਟਵੇਅਰ solid mechanics solid works ਚੰਗੀ ਵਿਸ਼ੇਸ਼ਤਾ ਇਹ ਹੈ ਕਿ ਅਸਲ ਵਿੱਚ ਇਸਤੇ ਕੰਮ ਕਰਦਾ ਹੈ ਕਿਉਂਕਿ ਇਹ ਸੋਲਿਡ ਦੇ ਮਕੈਨਿਕਸ ਨੂੰ ਸਿਮੂਲੇਟ ਕਰਦਾ ਹੈ ਤੁਸੀਂ ਬਲੇਡਸ ਨੂੰ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਬਲੇਡ ਹਵਾ ਦੀ ਦਿਸ਼ਾ ਦੇ ਨਾਲ ਘੁੰਮ ਸਕਦੇ ਹਨ ਪੂਰਾ ਸੈਟਅਪ ਅਤੇ ਮੋਟਰ ਵੀ ਚੱਲ ਸਕਦੀ ਹੈ ਕਿਉਂਕਿ ਹਵਾ ਬਲੇਡਸ ਨਾਲ ਟਕਰਾਵੇਗੀ ਇਹ ਇੱਕ ਡਿਜ਼ਾਈਨ ਹੈ ਸੋਲਿਡਵਰਕਸ ਇਸ ਟਰੈਕਟਰ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਗੁੰਜਲਦਾਰ ਚੀਜ਼ਾਂ ਦੀ ਅਸੈਂਬਲੀ ਦਾ ਸਮਰਥਨ ਵੀ ਕਰਦਾ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਇਹ ਬਹੁਤ ਸਾਰੇ ਕੰਪੋਨੈਂਟਸ ਦਾ ਨਿਰਮਾਣ ਹੈ ਜੋ ਇਸ ਸੁੰਦਰ ਟਰੈਕਟਰ ਨੂੰ ਬਣਾਉਣ ਲਈ ਅਸੈਂਬਲ ਕੀਤੇ ਗਏ ਹਨ ਅਸੀਂ ਇਸ ਦੇ ਵੱਡੇ ਟਾਇਰ ਛੋਟੇ ਟਾਇਰ ਇੰਜਨ ਸਮੋਕੇ ਗਜੋਸਟ ਇਹ ਸਭ ਕੁਝ ਦੇਖ ਸਕਦੇ ਹਾਂ ਇਸ ਇੱਕ ਟਰੈਕਟਰ ਨੂੰ ਬਣਾਉਣ ਲਈ ਇਹ ਸਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਅਸੈਂਬਲ ਕੀਤਾ ਗਿਆ ਹੈ ਇਸ ਸਾਰੀ ਅਸੈਂਬਲੀ ਵਿੱਚ ਕੁਝ ਬਹੁਤ ਹੀ ਐਲੀਮੈਂਟਰੀ assembly terminology ਸ਼ਾਮਲ ਹੈ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਕਰਕੇ ਦੇਖਾਂਗੇ ਸੋਲਿਡ ਵਰਕਸ ਵਿੱਚ ਇਹ ਅਸੈਂਬਲੀ ਇੱਥੇ ਮੇਟ ਦੇ ਸਿਨੋਨਿਮਸ ਹੈ ਮੇਟ ਵਿਕਲਪ ਤੁਸੀਂ ਦੇਖ ਸਕਦੇ ਹੋ ਇਸ ਲਈ ਅਸੈਂਬਲੀ ਸੈਕਸ਼ਨ ਵਿੱਚ ਅਸੀਂ ਸਿਖਾਾਂਗੇ ਕਿ ਐਲੀਮੈਂਟਰੀ ਤੋਂ ਲੈ ਕੇ ਪਾਰਟਸ ਨੂੰ ਕਿਵੇਂ ਸ਼ਾਮਲ ਕਰਨਾ ਹੈ ਅਤੇ ਇਹ ਸਾਰੇ ਟੂਲ ਸਿਖਾਂਗੇ ਜੋ ਅਸੀਂ ਇੱਥੇ ਦੇਖ ਸਕਦੇ ਹਾਂ ਆਓ ਸ਼ੁਰੂ ਤੋਂ ਸ਼ੁਰੂ ਕਰੀਏ ਪਹਿਲਾ ਅਸੀਂ ਇੱਕ ਨਵਾਂ ਡਾਕੂਮੈਂਟ ਖੋਲਣ ਲਈ ਇਸ ਨਵੀਂ ਕਮਾਂਡ ਦੀ ਵਰਤੋਂ ਕਰਦੇ ਰਹੇ ਸੀ ਅਸੀਂ ਇਸ ਸੈਕਸ਼ਨ ਤੇ ਕੰਮ ਕਰ ਰਹੇ ਹਾਂ ਹੁਣ ਜਦੋਂ ਅਸੀਂ ਇਸ ਅਸੈਂਬਲੀ ਵਿੱਚੋਂ ਲੰਘ ਰਹੇ ਹਾਂ ਤਾਂ ਸਾਨੂੰ ਇਸ ਅਸੈਂਬਲੀ ਤੇ ਕਲਿੱਕ ਕਰਨਾ ਪਵੇਗਾ ਅਤੇ ਓਕੇ ਤੇ ਕਲਿੱਕ ਕਰਨਾ ਪਵੇਗਾ ਇਹ ਅਸੈਂਬਲੀ ਇਹ ਵਿੰਡੋ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਕਈ ਕੰਪੋਨੈਂਟਸ ਨੂੰ ਅਸੈਂਬਲ ਕਰਨ ਲਈ ਸਾਨੂੰ ਉਹਨਾਂ ਕੰਪੋਨੈਂਟਸ ਨੂੰ ਇਨਸਰਟ ਕਰਨਾ ਹੋਵੇਗਾ ਜੋ ਅਸੀਂ ਇੱਥੇ ਦੇਖ ਸਕਦੇ ਹਾਂ ਫਿਰ ਬ੍ਰਾਊਜ਼ ਕਰਨ ਤੇ ਇਹ ਖੁੱਲ ਜਾਵੇਗਾ ਤਾਂ ਫੇਰਾਓ ਅਸੀਂ ਇਹਨਾਂ ਨੂੰ ਅਸੈਂਬਲ ਕਰੀਏ ਚੀਜ਼ਾਂ ਨੂੰ ਇਨਸਰਟ ਕਿਵੇਂ ਕਰਨਾ ਹੈ ਇਹ ਚੈੱਕ ਕਰਾਂਗੇ ਕੁਝ ਉਧਰ ਨਾ ਹਨ ਤਾਂ ਇਸ ਕੈਂਚੀ ਲਈ ਅਸੀਂ ਕਈ ਚੀਜ਼ਾਂ ਨੂ ਕੰਟਰੋਲ ਸਿਲੇਕਟ ਕਰਾਂਗੇ ਅਤੇ ਸੋਲਿਡ ਵਰਕਸ ਵਿੱਚ ਓਪਨ ਤੇ ਕਲਿੱਕ ਕਰਾਂਗੇ ਅਸੀਂ ਪਹਿਲਾ ਭਾਗ ਦੇਖ ਸਕਦੇ ਹਾਂ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਹੁਣ ਤੱਕ ਅਸੀਂ ਨਵੇਂ ਡਾਕੂਮੈਂਟ ਤੇ ਚਰਚਾ ਕੀਤੀ ਹੈ ਅਸੀਂ ਇਸ ਪਾਰਟਸ ਤੇ ਕੰਮ ਕਰ ਰਹੇ ਹਾਂ ਹੁਣ ਅਸੀਂ ਇਸ ਅਸੈਂਬਲੀ ਤੇ ਕੰਮ ਕਰਾਂਗੇ ਅਸੀਂ ਅਸੈਂਬਲੀ ਤੇ ਕਲਿੱਕ ਕਰਦੇ ਹਾਂ ਅਸੀਂ ਅਸੈਂਬਲੀ ਤੇ ਕਲਿੱਕ ਕਰਦੇ ਹਾਂ ਓਕੇ ਤੇ ਕਲਿੱਕ ਕਰੋ ਇਹ ਵਿੰਡੋ ਸਾਨੂੰ ਕੁਝ ਪਾਰਟਸ ਨੂੰ ਖੋਲਣ ਲਈ ਕਹੇਗੀ ਇਹ ਇਸ ਅਸੈਂਬਲੀ ਵਿੰਡੋ ਲਈ ਵਿੰਡੋ ਲੁੱਕ ਹੈ ਸਾਨੂੰ ਇਸ ਇਨਸਰਟ ਕੰਪੋਨੈਂਟ ਤੇ ਜਾਣਾ ਪਵੇਗਾ ਫਿਰ ਬ੍ਰਾਊਸ ਤੇ ਜਾਣਾ ਹੈ ਸਾਨੂੰ ਪਾਰਟਸ ਨੂੰ ਚੁਣਨਾ ਹੋਵੇਗਾ ਅਸੀਂ ਸਾਰੇ ਪਾਰਟਸ ਨੂੰ ਕੰਟਰੋਲ ਸਿਲੈਕਟ ਕਰਾਂਗੇ ਅਤੇ ఓਪਨ ਤੇ ਕਲਿੱਕ ਕਰਾਂਗੇ ਏ ਉਹ ਪਾਰਟਸ ਹਨ ਜੋ ਉਸ wind turbine ਨੂੰ ਬਣਾਉਣ ਲਈ ਲੋੜਿੰਦੇ ਸਨ ਜੋ ਅਸੀਂ ਪਹਿਲਾਂ ਵੇਖ ਚੁੱਕੇ ਹਾਂ ਇਸ ਤਰ੍ਹਾਂ ਅਸੀਂ ਇਸ ਵਿੰਡੋ ਵਿੱਚ ਕੰਪੋਨੈਂਟ ਇਨਸਰਟ ਕਰ ਸਕਦੇ ਹਾਂ ਧਿਆਨ ਦੇਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾ ਕੰਪੋਨੈਂਟ ਜੋ ਅਸੀਂ ਵਿੰਡੋ ਵਿੱਚ ਰੱਖਿਆ ਹੈ ਇਹ ਫਿਕਸ ਰਹੇਗਾ ਅਤੇ ਇਹ ਕਿਸੇ ਪਾਸੇ ਵੀ ਮੂਵ ਨਹੀਂ ਕਰ ਸਕਦਾ ਪਰ ਦੂਜੇ ਪਾਰਟਸ ਮੂਵ ਕਰ ਸਕਦੇ ਹਨ ਅਸੀਂ ਇਸ ਨੂੰ ਦੇਖ ਸਕਦੇ ਹਾਂ ਇਸ ਨੂੰ ਮੂਵ ਕਰਨ ਲਈ ਸਾਨੂੰ ਹਾਸਲ ਕੀਤੀ ਕੋਈ ਵਸਤੂ ਤੇ ਰਾਈਟ ਕਲਿਕ ਕਰਨਾ ਪਵੇਗਾ ਅਸੀਂ ਫਲੋਟ ਤੇ ਕਲਿਕ ਕਰ ਸਕਦੇ ਹਾਂ ਇਹ ਹੁਣ ਤੋਂ ਫਲੋਟਿੰਗ ਹੋ ਜਾਵੇਗਾ ਤੁਸੀਂ ਰੈਫਰੈਂਸ ਦੇਣ ਲਈ ਕਿਸੇ ਹੋਰ ਨੂੰ ਵੀ ਫਿਕਸ ਕਰ ਸਕਦੇ ਹੋ ਇਹ ਹੁਣ ਫਿਕਸ ਹੋ ਗਿਆ ਹੈ ਅਤੇ ਇਹ ਸਭ ਮੂਵ ਕਰ ਰਹੇ ਹਨ ਇਸ ਤਰੀਕੇ ਨਾਲ ਅਸੀਂ ਕਿਸੇ ਵਸਤੂ ਨੂੰ ਫਲੋਟਿੰਗ ਬਣਾ ਸਕਦੇ ਹਾਂ ਅਤੇ ਕੁਝ ਵਸਤੂਆਂ ਨੂੰ ਫਿਕਸ ਕਰ ਸਕਦੇ ਹਾਂ ਇਸ ਲਈ ਇਸ ਵਿਜ਼ਿਬਿਲਟੀ ਆਈਕਨ ਨੂੰ ਦੇਖਣ ਲਈ ਕੁਝ ਟੂਲਸ ਹਨ ਅਸੀਂ ਇਸ ਦਾ origin ਦੇਖ ਸਕਦੇ ਹਾਂ ਅਸੀਂ ਹਰੇਕ ਆਈਟਮ ਦਾ origin ਦੇਖ ਸਕਦੇ ਹਾਂ ਅਸੀਂ ਹਰੇ ਆਈਟਮ ਦਾ origin ਦੇਖ ਸਕਦੇ ਹਾਂ ਅਸੀਂ ਇੱਥੋਂ ਪਲੈਨ ਦੇਖ ਸਕਦੇ ਹਾਂ ਮੰਨ ਲਓ ਕਿ ਤੁਹਾਨੂੰ ਇਸ ਹਾਈਡ ਅਤੇ ਸ਼ੋ ਆਈਟਮ ਤੇ ਜਾਣਾ ਪਏਗਾ ਪਲੈਨਾਂ ਤੇ ਕਲਿੱਕ ਕਰਨਾ ਪਏਗਾ ਅਸੀਂ ਫਰੰਟ ਪਲੈਨ ਨੂੰ ਰਾਈਟ ਪਲੈਨ ਨੂੰ ਦੇਖ ਸਕਦੇ ਹਾਂ ਇਹ ਇਹਨਾਂ ਪਾਰਟਸ ਨੂੰ ਇੰਪੋਰਟ ਕਰਨ ਦਾ ਬੇਸਿਕ ਤਰੀਕਾ ਹੈ ਜੋ ਅਸੀਂ ਪਹਿਲਾਂ ਡਿਜ਼ਾਈਨ ਕੀਤੇ ਹਨ ਇੱਕ ਹੋਰ ਤਰੀਕਾ ਇਹ ਹੈ ਕਿ ਮੰਨ ਲਓ ਕਿ ਅਸੀਂ ਇੱਕ ਪਾਰਟ ਨੂੰ ਡਿਜ਼ਾਈਨ ਕਰ ਰਹੇ ਸੀ ਜਿਵੇਂ ਅਸੀਂ ਪਹਿਲਾਂ ਕੀਤਾ ਹੈ ਇਹ ਪਹਿਲਾਂ ਵਾਲੀ ਵਿੰਡੋ ਹੈ ਤੁਸੀਂ ਇਸ ਪਾਗ ਵਿੰਡੋ ਤੋਂ ਜਾਣੂ ਹੋ ਹੁਣ ਤੁਸੀਂ ਇਸ ਪਾਰਟਸ ਨੂੰ ਡਿਜ਼ਾਈਨ ਕੀਤਾ ਹੈ ਅਤੇ ਤੁਹਾਡੇ ਕੋਲ ਹੋਰ ਪਾਰਟਸ ਪਹਿਲਾਂ ਹੀ ਤਿਆਰ ਹਨ। ਅਸੈਂਬਲੀ ਵਿੱਚ ਇਸ ਨੂੰ ਵਰਤਣ ਲਈ ਤੁਹਾਨੂੰ ਇਸ ਫਾਈਲ ਤੇ ਜਾਣਾ ਪਏਗਾ ਪਾਰਟਸ ਤੋਂ ਅਸੈਂਬਲੀ ਬਣਾਉਣ ਤੇ ਜਾਓ। ਉਹੀ ਆਖਰੀ ਵਿੰਡੋ ਜਿਸ ਤੇ ਅਸੀਂ ਚਰਚਾ ਕਰ ਰਹੇ ਸੀ ਇੱਥੇ ਦੇਖੀ ਜਾ ਸਕਦਾ ਹੈ। ਅਸੀਂ ਇਸ ਨੂੰ ਇਸ ਤਰ੍ਹਾਂ ਇੰਪੋਰਟ ਕਰ ਸਕਦੇ ਹੋ ਅਤੇ ਫਿਰ ਦੁਬਾਰਾ ਕੰਪੋਨੈਂਟ ਇਨਸਰਟ ਕਰ ਸਕਦੇ ਹੋ। ਫਿਰ ਬ੍ਰਾਊਜ਼ ਕਰ ਸਕਦੇ ਹੋ। ਅਤੇ ਹੋਰ ਆਈਟਮਾਂ ਵਿੱਚ ਜਿਨ੍ਹਾਂ ਨੂੰ ਅਸੀਂ ਸ਼ਾਮਲ ਕਰਨ ਦਾ ਇਰਾਦਾ ਰੱਖਦੇ ਹਾਂ ਹੁਣ ਇਹਨਾਂ ਵਿੱਚੋਂ ਹਰੇਕ ਆਈਟਮ ਨੂੰ ਇੱਕ ਦੂਜੇ ਵਿੱਚ ਅਸੈਂਬਲ ਕਰਨ ਲਈ ਸਾਨੂੰ ਵੱਖ-ਵੱਖ ਕਿਸਮਾਂ ਦੇ ਅਸੈਂਬਲੀ ਨੂੰ ਜਾਣਨ ਦੀ ਲੋੜ ਹੈ ਜੋ ਕਿ ਸੋਲਿਡ ਵਰਕਸ ਵਿੱਚ ਉਪਲਬਧ ਹਨ ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਇਹ ਅਸੈਂਬਲੀ ਸੌਫਟਵੇਅਰ ਵਿਚ ਮੇਟ ਦਾ ਸਿਨੋਨਿਮਸ ਹੈ ਜੇ ਅਸੀਂ ਮੇਟ ਤੇ ਕਲਿਕ ਕਰੀਏ ਅਸੀਂ ਇੱਥੇ ਵੱਖ-ਵੱਖ ਕਿਸਮਾਂ ਦੇ ਮੇਟ ਦੇਖ ਸਕਦੇ ਹਾਂ ਸਟੈਂਡਰਡ ਮੇਟ ਐਡਵਾਂਸਡ ਮੇਟ ਮਕੈਨੀਕਲ ਮੇਟ ਸਟੈਂਡਰਡ ਮੇਟ ਵਿੱਚ ਕੋਇਨਸੀਡੈਂਟ ਪੈਰਲਲ ਪਰਪੈਂਡੀਕੂਲਰ ਟੈਂਜੈਂਟ ਕੌਨਸੈਂਟ੍ਰਿਕ ਆਦਿ ਹੁੰਦੇ ਹਨ ਅਤੇ ਉੱਚ ਐਡਵਾਂਸਡ ਮੇਟ ਹਿੰਜ ਗੀਅਰ ਰੈਕ ਪਿਨੀਅਨ ਹੋਰ ਬਹੁਤ ਸਾਰੇ ਹਨ ਉਹਨਾਂ ਵਿੱਚੋਂ ਹਰ ਇੱਕ ਨੂੰ ਦੇਖਾਂਗੇ ਅਸੀਂ ਇਹਨਾਂ ਵਿੱਚੋਂ ਕੁਝ ਐਲੀਮੈਂਟਰੀ मेटस नो एक-एक करके देखेंगे आओ एक नया डॉक्यूमेंट खोलिए एक नई असेंबली ਮੇਰੇ ਕੋਲ ਹੈ ਇੱਥੇ ਦੋ ਬਲੋਕ ਹਨ ਦੋ ਲੱਕੜ ਦੇ ਬਲੋਕ ਹਨ ਅਸੀਂ ਹੁਣ ਇੱਥੇ ਦੇਖ ਸਕਦੇ ਹਾਂ ਜੇ ਅਸੀਂ ਇਸ 부ਜਾਰਤ ਨੂੰ ਸੁਲਝਾਉਣਾ ਚਾਹੁੰਦੇ ਹਾਂ ਤਾਂ ਅਸੀਂ ਮੇਟ ਨੂੰ ਦੇਖ ਸਕਦੇ ਹਾਂ ਅਸੀਂ ਇੱਥੇ ਦੇਖਾਂਗੇ ਇਸ ਮੇਟ ਦੀ ਸਿਲੈਕਸ਼ਨ ਦੀ ਇੱਕ ਵਿੰਡੋ ਹੈ ਛੋਟੀ ਵਿੰਡੋ ਜਿਸ ਤੇ ਸਾਨੂੰ ਕਲਿੱਕ ਕਰਨਾ ਪੈਂਦਾ ਹੈ ਅਤੇ ਉਹਨਾਂ ਫੇਸਿਸ ਨੂੰ ਚੁਣਨਾ ਹੁੰਦਾ ਹੈ ਜੋ ਅਸੀਂ ਮਿਲਾਉਣਾ ਚਾਹੁੰਦੇ ਹਾਂ ਇਹਨਾਂ ਵਿੱਚੋਂ ਸਭ ਤੋਂ ਪਹਿਲਾ ਹੈ ਕੋਇਨਸੀਡੈਂਟ ਮੇਟ ਕੋਇਨਸੀਡੈਂਟ ਮੇਟ ਵਿੱਚ ਮੇਟ ਦੀਆਂ ਦੋ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਅਸੈਂਬਲ ਕਰਨਾ ਚਾਹੁੰਦੇ ਹਾਂ ਆਪਸ ਵਿੱਚ ਕੋਇਨਸੀਡੈਂਸ ਕਰਦੀਆਂ ਹਨ ਮੰਨ ਲਓ ਕਿ ਅਸੀਂ ਇਸ ਐਜ ਨੂੰ ਇਸ ਖਾਸ ਐਜ ਤੇ ਸਟਿੱਕ ਕਰਨਾ ਚਾਹੁੰਦੇ ਹਾਂ ਤੁਸੀਂ ਇੱਥੇ ਪ੍ਰੀਵਿਊ ਦੇਖ ਸਕਦੇ ਹੋ ਇੱਥੇ ਇਹ ਸਹਜ ਦੀ ਸੇਧ ਵਿੱਚ ਕੀਤਾ ਗਿਆ ਹੈ ਅਤੇ ਜਦੋਂ ਹੀ ਅਸੀਂ ਓਕੇ ਤੇ ਕਲਿਕ ਕਰਦੇ ਹਾਂ ਤਾਂ ਇਹ ਇਸ ਨਾਲ ਮੇਟ ਕਰ ਜਾਂਦਾ ਹੈ ਇਹ ਸਹਜ ਨਾਲ ਅਲਾਈਨਡ ਹੈ ਪਰ ਲੂਸ ਡਿਗਰੀ ਆਫ ਮੋਸ਼ਨ ਦੇ ਕਾਰਨ ਡਿਗਰੀ ਆਫ ਫਰੀडम ਦੇ ਕਾਰਨ ਇਹ ਮੂਵ ਕਰ ਸਕਦਾ ਹੈ ਅਤੇ ਕੁੰਮ ਵੀ ਸਕਦਾ ਹੈ ਪਰ ਅਲਾਈਨਮੈਂਟ ਬਿਲਕੁਲ ਇੱਕ ਸਮਾਨ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਇਹਨਾਂ ਪਾਰਟਸ ਨੂੰ ਮੂਵ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲੀ ਆਈਟਮ ਜੋ ਮੈਂ ਇੱਥੇ ਲਿਆਇਆ ਸੀ ਇਹ ਬਲੋਕ ਸੀ ਅਤੇ ਇਹ ਫਿਕਸਡਡ ਹੈ ਇਸ ਨੂੰ ਫਲੋਟ ਬਣਾਉਣਾ ਸੀ ਇਸ ਨੂੰ ਫਲੋਟ ਬਣਾ ਸਕਦਾ ਹਾਂ ਹੁਣ ਦੋਵੇਂ ਮੂਵ ਕਰ ਸਕਦੇ ਹਨ ਪਰ ਇੱਕ ਹਵਾਲਾ ਦੇਣ ਲਈ ਸਾਨੂੰ ਇੱਕ ਆਈਟਮ ਨੂੰ ਫਿਕਸ ਕਰਨ ਦੀ ਲੋੜ ਹੈ ਹੁਣ ਅਸੀਂ ਇਸ ਨੂੰ ਫਿਕਸ ਕਰ ਸਕਦੇ ਹਾਂ ਇਸ ਫਿਕਸ ਤੇ ਕਲਿੱਕ ਕਰੋ ਇਹ ਮੂਵ ਕਰ ਸਕਦਾ ਹੈ ਅਤੇ ਇਹ ਫਿਕਸ ਹੈ ਇੱਕ ਕੋਇਨਸੀਡੈਂਟਲ ਮੇਟ ਸੀ ਇੱਕ ਹੋਰ ਚੀਜ਼ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਜਿਸ ਦੀ ਅਸੀਂ ਆਮ ਤੌਰ ਤੇ ਵਰਤੋਂ ਕਰਦੇ ਹਾਂ ਉਹ ਹੈ ਕਿ ਇਹ ਕੋਇਨਸੀਡੈਂਟ ਮੇਟ origin ਨੂੰ ਫਿਕਸ ਕਰਨ ਲਈ ਹੈ ਮੰਨ ਲਓ ਕਿ ਇਸ ਖਾਸ ਬਲੋਕ ਦਾ origin ਹੈ ਅਸੀਂ ਇਸ origin ਨੂੰ ਇੱਥੇ ਦੇਖ ਸਕਦੇ ਹਾਂ ਇਸ ਜੀਓਮੈਟਰੀ ਦਾ origin ਇਸ ਪੂਰੀ ਵਿੰਡੋ ਦਾ origin ਇੱਥੇ ਹੈ ਜੇ ਅਸੀਂ ਇਸ ਅਸੈਂਬਲੀ ਨੂੰ origin ਨਾਲ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਮੇਟ ਨੂੰ ਸਿਲੈਕਟ ਕਰ ਸਕਦੇ ਹਾਂ ਇਸ ਆਈਟਮ ਦਾ origin ਅਤੇ ਇਸ ਆਈਟਮ ਦਾ origin ਅਤੇ a ਤੇ ਮਿਲਦਾ ਹੈ ਅਤੇ OK ਤੇ ਕਲਿਕ ਕਰੋ ਇਹ ਨਹੀਂ ਮਿਲਿਆ ਕਿਉਂਕਿ ਇਹ ਆਈਟਮ ਫਿਕਸ ਹੈ ਅਤੇ ਅਸੀਂ ਪਹਿਲਾਂ ਹੀ ਇਸ ਐਜ ਨੂੰ ਇਸ ਦੇ ਐਜ ਨਾਲ ਅਲਾਈਨ ਕੀਤਾ ਹੈ ਜੇਕਰ ਅਸੀਂ ਇਸ ਨੂੰ ਫਲੋਟ ਕਰਦੇ ਹਾਂ ਤਾ ਹੁਣ ਅਸੀਂ ਪੂਰੇ ਪਲੇਨ ਦਾ origin ਦੇਖ ਸਕਦੇ ਹਾਂ ਕੇ ਇਸ ਬਕਸੇ ਦੇ origin ਨਾਲ ਅਲਾਈਨਡ ਹੈ ਅਤੇ ਹੁਣ ਕਿਉਂਕਿ ਇਹ ਫਲੋਟਿੰਗ ਹੈ ਅਤੇ ਇਹ ਹੁਣ ਫਿਕਸ ਹੋ ਗਿਆ ਹੈ ਕਿਉਂਕਿ ਇਸ ਨੂੰ ਪਲੇਨ ਦੇ origin ਨਾਲ ਜੋੜਨਾ ਜ਼ਰੂਰੀ ਸੀ ਇਹ ਕੋਇਨਸੀਡੈਂਟਲ ਮੇਟ ਸੀ ਇਸ ਅਸੈਂਬਲੀ ਵਿੱਚ ਮੇਟ ਹਿਸਟਰੀ ਅਸੀਂ ਇੱਥੇ ਮੇਟ ਦੇਖ ਸਕਦੇ ਹਾਂ ਅਸੀਂ ਜੋ ਕੀਤਾ ਹੈ ਇਹ ਪਹਿਲਾ ਕੋਇਨਸੀਡੈਂਟ ਮੇਟ ਹੈ ਜੋ ਦੋ ਬਲੋਕਸ ਦੇ ਐਜ ਦੇ ਵਿਚਕਾਰ ਸੀ ਅਤੇ ਦੂਜਾ ਇਸ ਤਰ੍ਹਾਂ ਇਸ ਬਲੋਕ ਅਤੇ ਪਲੇਨ ਕੋਆਰਡੀਨੇਟ ਦੇ ओरिजिनल ਮੀਟਿੰਗ ਕਰਦਾ ਹੈ ਇਹ ਕੋਇਨਸੀਡੈਂਟ ਮੇਟ ਸੀ ਜੋ ਅਸੀਂ ਇੱਥੇ ਦੇਖ ਸਕਦੇ ਹਾਂ ਇੱਕ ਚੀਜ਼ ਹੈ ਪੈਰਲਲ ਮੇਟ ਆਓ ਅਸੀਂ ਇਹਨਾਂ ਸਾਰੀਆਂ ਪੁਰਾਣੀਆਂ ਆਈਟਮਸ ਨੂੰ ਹਟਾ ਦਈਏ ਹੁਣ ਦੁਬਾਰਾ ਇਹ ਦੋਵੇਂ ਫਰੀ ਹਨ ਅਸੀਂ ਇਸ ਨੂੰ ਫਿਕਸ ਕਰਾਂਗੇ ਅਗਲੀ ਕਿਸਮ ਦਾ ਮੇਟ ਪੈਰਲਲ ਮੇਟ ਹੈ ਇਸ ਮੇਟ ਵਿੱਚ ਅਸੀਂ ਦੋ ਪਲੇਨਾਂ ਨੂੰ ਇੱਕ ਦੂਜੇ ਦੇ ਪੈਰਲਲ ਬਣਾ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਹੁਣ ਤੱਕ ਇਹ ਦੋਵੇਂ ਇੱਕ ਦੂਜੇ ਦੇ ਪੈਰਲਲ ਨਹੀਂ ਹਨ ਇਸ ਨੂੰ ਪੈਰਲਲ ਬਣਾਉਣ ਲਈ ਅਸੀਂ ਇੱਥੇ ਛੋਟੀ ਵਿੰਡੋ ਤੇ ਕਲਿੱਕ ਕਰਾਂਗੇ ਫਿਰ ਫੇਜ਼ 1 ਤੇ ਅਤੇ ਫਿਰ ਫੇਜ਼ 2 ਤੇ ਅਸੀਂ ਓਕੇ ਤੇ ਕਲਿੱਕ ਕਰਦੇ ਹਾਂ ਮੇਟ ਖਤਮ ਕਰਦੇ ਹਾਂ ਦੋਵੇਂ ਫੇਜ਼ ਇੱਕ ਦੂਜੇ ਦੇ ਪੈਰਲਲ ਹਨ ਇਹ ਫੇਜ਼ ਅਤੇ ਇਸ ਦਾ ਸਭ ਤੋਂ ਉੱਪਰ ਵਾਲਾ ਫੇਜ਼ ਇਹ ਹਮੇਸ਼ਾ ਇੱਕ ਦੂਜੇ ਦੇ ਪੈਰਲਲ ਰਹਿਣਗੇ ਅਸੀਂ ਇਸ ਨੂੰ ਦੁਬਾਰਾ ਦੇਖ ਸਕਦੇ ਹਾਂ ਇਹ ਮੇਟ ਹਿਸਟਰੀ ਹੈ ਜੇਕਰ ਅਸੀਂ ਇਸ ਨੂੰ ਹਟਾਉਂਦੇ ਹਾਂ ਇੱਕ ਵਾਰ ਫਿਰ ਮੇਟ ਇਹ ਵਾਲਾ ਚੁਣਾਂਗੇ ਹੁਣ ਆਓ ਇਸ ਪਲੇਨ ਨੂੰ ਚੁਣੀਏ ਅਤੇ ਇਹ ਫੇਸ ਹੁਣ ਇੱਕ ਦੂਜੇ ਦੇ ਪੈਰਲਲ ਬਣ ਗਿਆ ਹੈ ਪੈਰਲਲ ਤੇ ਕਲਿੱਕ ਕਰੋ ਇਹ ਇੱਕ ਦੂਜੇ ਦੇ ਪੈਰਲਲ ਹੈ ਚਾਹੇ ਇਹ ਕਿਸੇ ਵੀ ਪਾਸੇ ਮੂਵ ਕਰੇ ਇਹ ਪੈਰਲਲ ਰਹੇਗਾ ਅਗਲੀ ਕਿਸਮ ਦਾ ਮੇਟ ਪਰਪੈਂਡੀਕੂਲਰ ਮੇਟ ਹੈ ਇਸ ਪੈਰਲਲ ਮੇਟ ਨਾਲ ਬਹੁਤ ਮਿਲਦਾ ਜੁਲਦਾ ਹੈ ਆਓ ਪਹਿਲਾ ਵਾਲੇ ਨੂੰ ਮਿਟਾ ਦਿੰਦੇ ਹਾਂ ਅਸੀਂ ਇਸ ਪੈਰਲਲ ਮੇਟ ਨੂੰ ਹਟਾ ਦੇਵਾਂਗੇ ਅਤੇ ਅਸੀਂ ਪਰਪੈਂਡੀਕੂਲਰ ਮੇਟ ਵੱਲ ਵਧਾਂਗੇ ਇਸ ਛੋਟੀ ਵਿੰਡੋ ਤੇ ਦੁਬਾਰਾ ਕਲਿੱਕ ਕਰੋ ਅਸੀਂ ਇਸ ਸਪੇਸ ਨੂੰ ਦੇਖਾਂਗੇ ਆ ਉਸ ਇਸ ਨੂੰ ਇਸ ਦੇ ਪਰਪੈਂਡੀਕੂਲਰ ਬਣਾ ਦੇਈਏ ਜਾਂ ਇਹ ਕਹੀਏ ਓਕੇ ਤੇ ਕਲਿੱਕ ਕਰੋ ਹੁਣ ਇਹ ਫੇਸ ਹਮੇਸ਼ਾ ਸਪੇਸ ਦੇ ਪਰਪੈਂਡੀਕੂਲਰ ਹੁੰਦਾ ਹੈ ਇਹ ਕਿਤੇ ਵੀ ਮੂਵ ਕਰਦਾ ਹੈ ਪਰ ਇਹ ਇਹਨਾਂ ਦੋਨਾਂ ਦੇ ਪਰਪੈਂਡੀਕੂਲਰ ਰਹਿੰਦਾ ਹੈ ਅਗਲੀ ਕਿਸਮ ਦਾ ਮੇਟ ਟੈਂਜੈਂਟ ਹੈ ਸਾਨੂੰ ਸਰਕਲਸ ਨਾਲ ਡੀਲ ਕਰਨਾ ਪਏਗਾ ਜਦੋਂ ਅਸੀਂ ਟੈਂਜੈਂਟ ਮੇਟ ਨਾਲ ਡੀਲ ਕਰਦੇ ਹਾਂ ਆਓ ਇਸ ਟੈਂਜੈਂਟ ਮੇਟ ਨੂੰ ਸਮਝਣ ਲਈ ਕੁਝ ਨਵੀਂ ਜਿਓਮੈਟਰੀ ਲੋਡ ਕਰੀਏ ਸਾਡੇ ਕੋਲ ਇੱਕ ਪਿੰਨ ਹੈ ਅਤੇ ਸਾਡੇ ਕੋਲ ਇੱਕ ਸਲੋਟ ਹੈ ਆਮ ਤੌਰ ਤੇ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੀਟਰਾਂ Odometer ਅਤੇ ਇਹ ਸਾਰੀਆਂ ਚੀਜ਼ਾਂ ਜਾਂ ਨੋਬਸ ਵਿੱਚ ਦੇਖ ਸਕਦੇ ਹਾਂ ਜਿਸ ਲਈ ਤਾਪਮਾਨ ਅਤੇ ਹੋਰ ਮਾਪਦੰਡਾਂ ਦੀ ਸੈਟਿੰਗ ਦੀ ਜ਼ਰੂਰਤ ਪੈਂਦੀ ਹੈ ਸਾਡਾ ਉਦੇਸ਼ ਇਹ ਹੈ ਕਿ ਇਹ ਪਿੰਨ ਇਸ ਸਲੋਟ ਵਿੱਚੋਂ ਲੰਘੇ ਅਤੇ ਇੱਕ ਕਾਮ ਇੰਟੂਸ਼ਨ ਤੋਂ ਅਸੀਂ ਇਹ ਇੱਛਾ ਕਰ ਸਕਦੇ ਹਾਂ ਕਿ ਇਹ ਖਾਸ ਸਰਫੇਸ ਇਸ ਸਰਕੂਲਰ ਸਿਲੰਡਰ ਤੇ ਟੈਂਜੈਂਟ ਹੋਣਾ ਚਾਹੀਦਾ ਹੈ ਅਝਾ ਕਰਨ ਲਈ ਅਸੀਂ ਇਸ ਨੂੰ ਇੱਥੇ ਲਿਜਾ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਚਲੋ ਅਸੀਂ ਇਸ ਨੂੰ ਫਿਕਸ ਕਰਦੇ ਹਾਂ ਅਤੇ ਇਸ ਪਿੰਨ ਨੂੰ ਫਲੋਟਿੰਗ ਬਣਾਉਂਦੇ ਹਾਂ ਕਿਉਂਕਿ ਸਾਡੇ ਕੋਲ ਹੁਣ ਤੱਕ ਕੋਈ ਮੀਟਿੰਗ ਨਹੀਂ ਹੈ ਅਸੀਂ ਇਸ ਨੂੰ ਕਿਤੇ ਵੀ ਲਿਜਾ ਸਕਦੇ ਹਾਂ ਹੁਣ ਲਈ ਆਓ ਇਸ ਟੈਂਜੈਂਟ ਮੇਟ ਨੂੰ ਅਜ਼ਮਾਉਂਦੇ ਹਾਂ ਅਸੀਂ ਇਸ ਟੈਂਜੈਂਟ ਨੂੰ ਮੇਨਟੇਨ ਕਰਾਂਗੇ ਅਸੀਂ ਇਸ ਛੋਟੀ ਵਿੰਡੋ ਤੇ ਫਿਰ ਤੋਂ ਕਲਿੱਕ ਕਰਦੇ ਹਾਂ ਸਰਕੂਲਰ ਸਰਫੇਸ ਨੂੰ ਸਿਲੈਕਟ ਕਰੋ ਅਤੇ ਜਿਸ ਸਰਫੇਸ ਤੇ ਇਸ ਨੂੰ ਟੈਂਜੈਂਟ ਹੋਣਾ ਚਾਹੀਦਾ ਹੈ ਅਤੇ ਅਸੀਂ ਓਕੇ ਤੇ ਕਲਿੱਕ ਕਰਾਂਗੇ ਟੈਂਜੈਂਟ ਨੂੰ ਸਿਲੈਕਟ ਕਰਦੇ ਹੋਏ ਅਸੀਂ ਇੱਥੇ ਕਲਿੱਕ ਕਰਦੇ ਹਾਂ ਜਾਂ ਮਿੰਨੀ ਟੂਲ ਬੋਕਸ ਵਿੱਚ ਫਿਨਿਸ਼ ਕਰਦੇ ਹਾਂ ਇਹ ਹੁਣ ਇਸ ਸਰਫੇਸ ਤੇ ਟੈਂਜੈਂਟ ਹੈ ਹਾਲਾਂਕਿ ਅਸੀਂ ਇਸ ਨੂੰ ਮੂਵ ਕਰਦਾ ਦੇਖ ਸਕਦੇ ਹਾਂ ਕਿਉਂਕਿ ਸਾਡੇ ਕੋਲ ਕੋਈ ਕੰਸਟਰੈਂਟ ਹੋਰ ਡਿਗਰੀ ਆਫ ਫਰੀडम ਨਹੀਂ ਹਨ ਇਸ ਨੂੰ ਇਸ ਸਲੋਟ ਦੇ ਅੰਦਰ ਲੋਕ ਕਰਨ ਲਈ ਸਾਨੂੰ ਕੁਝ ਹੋਰ ਕੰਸਟਰੈਂਟ ਦੀ ਲੋੜ ਹੈ ਇਸਦੇ ਲਈ ਅਸੀਂ ਇਹਨਾਂ ਦੋਨਾਂ ਸਲੋਟਾਂ ਦੇ ਪਲੇਨ ਨੂੰ ਅਲਾਈਨ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਇੱਕ ਦੂਜੇ ਵਿੱਚ ਪਿੰਨ ਕਰਦੇ ਹਾਂ ਅਜਿਹਾ ਕਰਨ ਲਈ ਅਸੀਂ ਇਸ ਨੂੰ ਦੁਬਾਰਾ ਕੋਇਨਸਾਈਡ ਕਰਾਂਗੇ ਜੋ ਅਸੀਂ ਪਹਿਲਾਂ ਸਿੱਖਿਆ ਹੈ ਅਸੀਂ ਮੇਟ ਤੇ ਜਾਵਾਂਗੇ ਅਸੀਂ ਇਹਨਾਂ ਦੋਨਾਂ ਦੇ ਪਲੇਨਾਂ ਨੂੰ ਸਕੈਲਟ ਕਰਾਂਗੇ ਇਹਨਾਂ ਵਿੱਚ ਦੋ ਜੀਓਮੈਟਰੀ ਹਨ ਇਹ ਪਿੰਨ ਅਤੇ ਸਲੋਟ ਜੀਓਮੈਟਰੀ ਹਨ ਅਸੀਂ ਇਸ ਦੇ ਲਈ ਫਰੰਟ ਪਲੇਨ ਦੀ ਜਾਂਚ ਕਰਾਂਗੇ ਇਸ ਦੇ ਲਈ ਟਾਪ ਪਲੇਨ ਪਿੰਨ ਅਤੇ ਸਲੋਟ ਲਈ ਟਾਪ ਪਲੇਨ ਜੇਕਰ ਅਸੀਂ ਇਹਨਾਂ ਦੋਨਾਂ ਨੂੰ ਕੰਟਰੋਲ ਕਰਦੇ ਹਾਂ ਇਹਨਾਂ ਦੋਹਾਂ ਨੂੰ ਸਿਲੈਕਟ ਕਰੋ ਤੁਸੀਂ ਇਸ ਸਲੋਟ ਅਤੇ ਟਾਪ ਲਈ ਟਾਪ ਪਲੇਨ ਤੇ ਕੰਟਰੋਲ ਕੀਜ਼ ਨੂੰ ਪਲੇਸ ਕਰਕੇ ਕਲਿੱਕ ਕਰ ਸਕਦੇ ਹੋ ਅਸੀਂ ਪਿੰਨ ਲੇ ਟਾਪਪਲੇ ਨੂੰ ਚੁਣਾਂਗੇ ਅਤੇ ਫਿਰ ਮੇਟ ਤੇ ਕਲਿੱਕ ਕਰਾਂਗੇ ਇਹ ਆਪਣੇ ਆਪ ਕੋਇਨਸਾਈਡ ਕਰਨ ਦਾ ਸੁਝਾਅ ਦਿੰਦਾ ਹੈ ਜਾਂ ਹੋ ਸਕਦਾ ਹੈ ਕਿ ਅਸੀਂ ਹੋਰ ਚੀਜ਼ਾਂ ਦੀ ਚੋਣ ਕਰ ਸਕਦੇ ਹਾਂ ਪਰ ਇਹ ਚਾਹੇ ਕੋਇਨਸਾਈਡ ਕਰਨ ਦਾ ਸੁਝਾਅ ਦੇਵੇ ਇਹ ਸਾਡੇ ਲਈ ਚੰਗਾ ਹੋਣਾ ਚਾਹੀਦਾ ਹੈ ਓਕੇ ਤੇ ਕਲਿੱਕ ਕਰੋ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਹ ਹੁਣ ਲੌਗ ਕੀਤਾ ਗਿਆ ਹੈ ਅਤੇ ਹੁਣ ਅਸੀਂ ਇਸ ਨੂੰ ਸਲੋਟ ਦੇ ਅੰਦਰ ਮੂਵ ਕਰਦੇ ਵੇਖ ਸਕਦੇ ਹਾਂ ਅਤੇ ਇਹ ਦੇਖਣ ਨੂੰ ਟੈਂਜੈਂਟ ਹੈ ਇਹ ਸਲੋਟ ਸਰਫੇਸ ਹੈ ਸਾਡੇ ਦੁਆਰਾ ਇੱਥੇ ਵਰਤੇ ਗਏ 2 ਮੀਟਰ ਟੈਂਜੈਂਟ ਹਨ ਸਿਲੰਡਰ ਦਾ ਸਰਫੇਸ ਅਤੇ ਸਲੋਟ ਦਾ ਸਰਫੇਸ ਅਤੇ ਇਹਨਾਂ ਦੋਹਾਂ ਦੇ ਕੋਇਨਸੀਡੈਂਟਲ ਪਲੇਨ ਪਿੰਨ ਅਤੇ ਸਲੋਟ एट एजेंट मीटिंग सी जिस बारे असी चर्चा की है उन्होंने कहा कि पांच मिनट बाकी हैं ठीक है